ਪਹਿਲੇ ਸੈਗਮੈਂਟ 'ਚ ਅੱਜ ਵੱਖ ਵੱਖ ਟੌਪਿਕਸ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਉਂਕਿ ਅੱਜ ਕੱਲ੍ਹ ਫਰੋਡਸ ਕਾਲ ਆ ਰਹੀਆਂ ਨੇ ਅਤੇ ਇਸੇ ਤਰ੍ਹਾਂ ਐਡਮਿੰਟਨ ਦੇ ਵਿੱਚ ਇੱਕ ਸਕੈਮ ਪਕੜਿਆ ਗਿਆ ਹੈ ਜਾਅਲੀ ਨੌਕਰੀਆਂ ਦੇਣ ਦਾ। ਇਸ ਤੋਂ ਇਲਾਵਾ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਫਰੋਡ ਹੋ ਰਹੇ ਨੇ। ਆਪਣੇ ਵਿਊਜ਼ ਨੂੰ ਜਾਗਰੂਕ ਕਰਨ ਦੇ ਲਈ ਅੱਜ ਅਸੀਂ ਰਿਕੁਐਸਟ ਕੀਤੀ ਹੈ ਸਾਡੇ ਸਟੂਡੀਓ 'ਚ ਆਉਣ ਲਈ ਪੁਲਿਸ ਅਧਿਕਾਰੀ ਹਰਜਿੰਦਰ ਗਰੇਵਾਲ ਜੀ। ਜੀ ਗਰੇਵਾਲ ਸਾਹਿਬ, ਸਵਾਗਤ ਹੈ ਆਪ ਜੀ ਦਾ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਨਮਸਕਾਰ, ਥੈਂਕ ਯੂ। ਗਰੇਵਾਲ ਸਾਹਿਬ, ਅੱਜ ਕੱਲ੍ਹ ਤਰ੍ਹਾਂ ਤਰ੍ਹਾਂ ਦੇ ਫਰੋਡ ਹੋ ਰਹੇ ਨੇ, ਖਾਸ ਕਰਕੇ ਹਾਲ ਹੀ ਦੇ ਵਿੱਚ ਅਜੇ ਕੱਲ੍ਹ ਦੀ ਗੱਲ ਹੈ ਕਿ ਐਡਮਿੰਟਨ ਪੁਲਿਸ ਦੇ ਵੱਲੋਂ ਇੱਕ ਬਹੁਤ ਵੱਡਾ ਸਕੈਮ ਦਾ ਪਰਦਾਫਾਸ਼ ਕੀਤਾ ਗਿਆ ਕਿ ਕਿਸ ਤਰ੍ਹਾਂ ਲੋਕਾਂ ਨੂੰ ਜਾਅਲੀ ਨੌਕਰੀਆਂ ਦੇ ਵਿੱਚ ਫਸਾ ਕੇ ਫਿਰ ਉਹਨਾਂ ਨੂੰ ਜਾਅਲੀ ਚੈੱਕ ਦਿੱਤੇ ਜਾਂਦੇ ਸੀਗੇ, ਫਿਰ ਕਿਸ ਤਰ੍ਹਾਂ ਉਹ ਅਕਾਊਂਟ 'ਚ ਜਮ੍ਹਾਂ ਕਰਾਉਣ ਲਈ ਕਿਹਾ ਜਾਂਦਾ ਸੀਗਾ ਅਤੇ ਫਿਰ ਕਿਸ ਤਰ੍ਹਾਂ ਪੈਸੇ ਪੁੱਲ ਕਰ ਲਏ ਜਾਂਦੇ ਸੀਗੇ। ਹਾਂਜੀ, ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਮੈਨੂੰ, ਜਿਹੜੇ ਫਰੋਡ ਹੋ ਰਹੇ ਨੇ, ਫਰੋਡ ਐਕਚੁਅਲੀ ਹੈ ਕੀ ਹੈ? ਫਰੋਡ ਇਹ ਹੈ ਕਿ ਕਿਸੇ ਨੇ ਵੀ ਧੋਖਾ ਜੀ ਝੂਠ ਬੋਲ ਕੇ ਫਾਲਸ ਇਨਫੋਰਮੇਸ਼ਨ ਦੇ ਕੇ ਉਹਨਾਂ ਧੋਖਾ ਕਰਨਾ, ਉਹਨਾਂ ਤੋਂ ਬਿਨਾਂ ਸਰਵਿਸ ਪ੍ਰੋਵਾਈਡ ਕਰ ਤੋਂ ਉਹਨੂੰ ਪੈਸੇ ਲੈ ਲੈਣੇ, ਕਿ ਇਹਨੂੰ ਫਰੋਡ ਕਹਿੰਦੇ ਆ ਜੀ। ਜੀ, ਇਹ ਕਰਦੇ ਕਿਸ ਤਰ੍ਹਾਂ, ਕਿਸ ਤਰ੍ਹਾਂ ਫਰੋਡ ਹੁੰਦੇ ਨੇ ਬੇਸਿਕਲੀ? ਫਰੋਡ ਹੁੰਦਾ ਕਿ ਮੈਂ ਜਿਵੇਂ ਆਪਣੇ ਕੱਲ੍ਹ ਨਿਊਜ਼ ਸੀਗੀ ਜਿਹੜੀ ਗੱਲ ਕਰ ਰਹੇ ਹੋ ਕਿ ਬਈ ਫਾਲਸ ਇਨਫੋਰਮੇਸ਼ਨ ਦੇ ਕੇ ਕਿਸੇ ਰੀਅਲ ਕੰਪਨੀ ਦੀ ਲੋਗੋ ਵੈਬਸਾਈਟ ਪ੍ਰਜੈਂਟ ਕਰ ਦੇਣਾ ਕਿ ਵੀ ਅਸੀਂ ਹੈਗੇ ਹਾਂ, ਪਰ ਹੁੰਦੀ ਕੋਈ ਕੰਪਨੀ ਹੋਰ ਫੇਕ ਕੰਪਨੀ ਹੁੰਦੀ ਆ, ਉਹਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਲੈ ਲੈਣੀ ਆ ਜਿਹਦੇ ਵਿੱਚੋਂ ਕਿ ਤੁਹਾਡਾ ਆਈ ਪਰਸਨ ਸੈਨ ਨੰਬਰ ਲੈ ਲਿਆ, ਡੇਟ ਆਫ ਬਰਥ ਲੈ ਲਈ, ਡਰਾਈਵਰ ਲਾਇਸੈਂਸ ਲੈ ਲਿਆ, ਐਡਰੈਸ ਲੈ ਲਿਆ, ਫੋਨ ਨੰਬਰ ਲੈ ਲਿਆ, ਬੈਂਕ ਅਕਾਊਂਟ ਲੈ ਲਿਆ, ਸਭ ਕੁਛ ਲੈ ਲਿਆ ਜੀ ਤੁਹਾਡੇ ਤੋਂ। ਪਰ ਉਹ ਹੁੰਦੀ ਫੇਕ ਕੰਪਨੀ ਆ, ਉਹਦੇ ਵਿੱਚੋਂ ਤੁਹਾਨੂੰ ਕਹਿਣਾ ਜੀ ਅਸੀਂ ਤੁਹਾਨੂੰ ਜੋਬ ਦੇ ਰਹੇ ਹਾਂ, ਜੇ ਕਿ ਸਾਨੂੰ ਵੀ 20 ਡਾਲਰ ਦੀ ਜੋਬ ਆ, ਤੁਹਾਨੂੰ ਜੀ ਅਸੀਂ 25 ਡਾਲਰ ਘੰਟੇ ਦਿੰਦੇ ਹਾਂ, 30 ਦਿੰਦੇ ਹਾਂ, ਰਾਈਟ, ਅਤੇ ਤੁਹਾਨੂੰ ਅਸੀਂ ਇੰਨੇ ਪਿੱਛੇ ਪਹਿਲਾਂ ਦਿਨ ਤੁਹਾਨੂੰ ਜੋਬ ਮਿਲ ਗਈ, ਇਹਦੇ ਪਿੱਛੇ ਤੁਹਾਨੂੰ ਪੈਸੇ ਭੇਜਾਂਗੇ, ਅਸੀਂ ਤੁਹਾਡੀ ਪਹਿਲਾਂ ਚੈੱਕ ਦੇਣੀ ਆ, ਇਹਦੇ ਵਿੱਚ ਤੁਸੀਂ ਪੈਸੇ ਘਰ ਦੀ ਜਮ੍ਹਾਂ ਕਰਾਓ ਬੈਂਕ ਦੇ, ਮਗਰੋਂ ਉਹਦੇ ਵਿੱਚੋਂ ਕਿਸੇ ਹੋਰ ਨੂੰ ਦੇ ਦਿਓ, ਥਰਡ ਪਾਰਟੀ ਨੂੰ, ਮਗਰੋਂ ਫਿਰ ਅਸੀਂ ਤੁਹਾਨੂੰ ਮੰਥਲੀ ਜਾਂ ਬਾਏ ਮੰਥਲੀ ਤੁਹਾਨੂੰ ਜਿਹੜੀ ਹੋਊਗੀ ਪੇਮੈਂਟ ਦੇ ਜਾਵਾਂਗੇ ਮਹੀਨੇ ਦੀ ਮਹੀਨੇ, ਰਾਈਟ। ਉਹਦਾ ਮਤਲਬ ਹੁੰਦਾ ਕਿ ਜਿਹੜਾ ਪਹਿਲੇ ਤੁਸੀਂ ਪੈਸੇ ਦੇ ਦਿੱਤੇ ਤੁਹਾਨੂੰ 500 ਡਾਲਰ ਗਿਆ, ਉਹਦੇ ਵਿੱਚ ਗਿਆ ਜੀ ਤੁਸੀਂ 200 ਰੱਖ ਲਓ ਜਾਂ 400 ਕਿਸੇ ਪਾਸੇ, ਫਿਰ 100 ਰੱਖ ਲਓ, ਤੁਸੀਂ ਕਹਿੰਦੇ ਮੈਨੂੰ 100 ਮਿਲ ਗਿਆ, 500 ਵਿੱਚ ਮੈਨੂੰ ਕੀ ਇੱਥੇ ਜਮ੍ਹਾਂ ਕਰਾਏ ਦੂਜੇ ਅਕਾਊਂਟ 'ਚ ਟ੍ਰਾਂਸਫਰ ਕਰਤੇ, ਪਰ ਉਹ ਹੁੰਦੇ ਉਹ ਜਾਅਲੀ ਨੇ। ਉਹਦਾ ਮਤਲਬ ਕਿ ਤੁਸੀਂ ਜਦੋਂ ਅਕਾਊਂਟ ਥਰੂ ਹੋ ਜਾਣੇ ਆ ਤੁਸੀਂ 400 ਡਾਲਰ ਲੂਜ਼ ਕਰ ਜਾਣਾ, ਪਹੁੰਚੇ ਦੇਗੇ, ਮੁੜ ਕੇ ਤੁਸੀਂ ਉਹ ਕੰਪਨੀ ਨੂੰ ਟਰਾਈ ਕਰੋਗੇ ਕਿੱਥੇ ਆ, ਕੰਪਨੀ ਹੈ ਨਹੀਂ ਗੀ ਕਿਉਂਕਿ ਫੇਕ ਆ, ਸਭ ਕੁਛ ਇੰਟਰਨੈਟ 'ਤੇ ਬੰਦ ਹੋ ਜਾਂਦਾ ਤੁਹਾਨੂੰ। ਇਸ ਤਰ੍ਹਾਂ ਦੇ ਬਹੁਤ ਹੋ ਰਹੇ ਨੇ, ਬਹੁਤ ਜ਼ਿਆਦੀਆਂ ਕਈ ਚੀਜ਼ਾਂ ਇਹ ਹੁੰਦੀਆਂ ਕਿ ਜੇ ਤੁਸੀਂ ਇਫ ਇਸ ਕਹਿੰਦੇ ਨਾ ਆਪਣੇ ਜੀ ਇਫ ਇਸ ਟੂ ਗੁੱਡ ਟੂ ਬੀ ਟਰੂ ਐਕਚੁਅਲੀ ਪ੍ਰੋਬਲੀ ਇਸ ਰਾਈਟ, ਕਿਉਂਕਿ ਕਿਸੇ ਨੂੰ ਸੈਂਡ ਨੰਬਰ ਨਹੀਂ ਦੇਣਾ ਚਾਹੀਦਾ ਕੰਪਨੀ ਜੀ ਓਵਰ ਫੋਨ ਦੇ, ਪਰਸਨਲ ਇਨਫੋਰਮੇਸ਼ਨ ਦੇਣੀ ਚਾਹੀਦੀ, ਪਾਸਵਰਡ ਵੀ ਦੇ ਦਿੰਦੇ ਨੇ ਉਹਦੇ ਵਿੱਚੋਂ, ਤੁਹਾਡੇ ਜਦੋਂ ਪਾਸਵਰਡ ਮਿਲ ਗਿਆ, ਅਕਾਊਂਟ ਮਿਲ ਗਿਆ, ਜਿਹੜਾ ਕੋਈ ਮਰਜ਼ੀ ਕਰੀ ਚਲੋ, ਫਿਰ ਉਹਨੇ ਤੁਹਾਨੂੰ ਬੈਂਕ ਵੀ ਨਹੀਂ ਕਵਰ ਕਰਦੀ ਕਿਉਂਕਿ ਤੁਸੀਂ ਜਿਹੜਾ ਪਿੰਨ ਨੰਬਰ ਹੁੰਦਾ ਉਹ ਦੇਤਾ, ਰਾਈਟ। ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਆਪਣੀ ਚੀਜ਼ਾਂ ਇਹਨੇ ਕਿਸੇ ਨੂੰ ਦੇਣੀਆਂ ਨਹੀਂ ਚਾਹੀਦੀਆਂ, ਓਵਰ ਫੋਨ, ਓਵਰ ਇੰਟਰਨੈਟ। ਜੇ ਕੰਪਨੀ ਦੇ ਤੁਹਾਨੂੰ ਹੈਗਾ ਵੀ ਮੈਂ ਸੀ ਅਪਲਾਈ ਕਰ ਰਿਹਾ, ਉਹਦੇ ਲੋਕਲ ਫੋਨ ਕਰੋ ਪਹਿਲਾਂ, ਚੈੱਕ ਕਰੋ ਵੀ ਉਹ ਹੈ ਕਰ ਰਹੇ ਜੀ, ਉਹ ਵੀ ਕਰਨਾ ਚਾਹੀਦਾ। ਪਰ ਡਰਾਈਵਰ ਸਾਹਿਬ, ਜਿਹੜੀ ਤੁਸੀਂ ਗੱਲ ਦੱਸ ਰਹੇ ਹੋ, ਅਸੀਂ ਲੋਕਾਂ ਨੂੰ ਕਿਵੇਂ ਅਵੇਅਰ ਕਰੀਏ? ਦੇਖੋ, ਅੱਜ ਕੱਲ੍ਹ ਨੌਕਰੀ ਹਰ ਇੱਕ ਨੂੰ ਚਾਹੀਦੀ ਹੈ, ਖਾਸ ਕਰ ਨਵੇਂ ਇਮੀਗ੍ਰੈਂਟ ਆਉਂਦੇ ਨੇ ਜੀ, ਇਹ ਆ ਸਟੂਡੈਂਟਸ ਨੇ ਜਿਹੜੇ ਉਹ ਇੱਥੇ ਵਰਕ ਪਰਮਿਟ 'ਤੇ ਆਏ ਨੇ, ਉਹਨਾਂ ਨੂੰ ਜੋਬਸ ਚਾਹੀਦੀਆਂ। ਹਾਂਜੀ, ਸੋ ਨੌਕਰੀ ਹਰ ਇੱਕ ਨੂੰ ਚਾਹੀਦੀ ਹੈ, ਇਹ ਕਿਵੇਂ ਪਤਾ ਲੱਗੂਗਾ ਵੀ ਇਹ ਜਾਅਲੀ ਹੈ ਜਾਂ ਅਸਲੀ ਹੈ? ਉਹ ਮੈਂ ਜਿਹੜੇ ਪਹਿਲਾਂ ਫੋਨ ਕਰੋ, ਜੇ ਕਿਸੇ ਹੁਣ ਆਪਣੇ ਕਹਿੰਦੇ ਐਡਮਿੰਟਨ ਸਿਟੀ ਅਪੇਮੈਂਟ ਲਾ ਲਓ, ਜਿਵੇਂ ਉਹਦਾ ਲੋਗੋ ਆ ਉਸ ਕੰਪਨੀ ਦੇ ਕਿੰਨੇ ਕਿੰਨੇ ਡਿਪਾਰਟਮੈਂਟ, ਉਹਨੂੰ ਫੋਨ ਕਰ ਲਓ, ਤੁਸੀਂ ਸੇਫ ਇਨ ਫੋਨ ਜੋਬ ਲੈ ਰਹੇ ਹੋ, ਸੇਫ ਹੈ ਦਾ ਸੇਫ ਵਾਲਾ ਫੋਨ ਕਰ, ਪੁੱਛ ਵੀ ਜਾਅਲੀ ਨੰਬਰ ਹੈਗਾ, ਕਿਉਂਕਿ ਕਈ ਕਈ ਏਜ ਦਿੰਦਾ ਕਿ ਉਹ ਜਿਹੜੀ ਲੋਗੋ ਹੁੰਦੀ ਹੈ ਕੰਪਨੀ ਦੀ ਉਹ ਬਣਾ ਦਿੰਦੇ ਆ, ਵੈਬਸਾਈਟ ਕਰਦੇ ਆ, ਆਪਾਂ ਅੱਗੇ ਵੀ ਗੱਲ ਕੀਤੀ ਸੀਗੀ ਜੀ ਕਈ ਮਹੀਨੇ ਪਹਿਲਾਂ ਬਈ ਫਰਾਡ ਕਿਵੇਂ ਕਰਦੇ ਆ, ਜਿਹੜੀ ਥੋੜੀ ਈਮੇਲ ਹੁੰਦੀ ਆ ਮਾੜਾ ਜਿਹਾ ਚੇਂਜ ਕਰ ਦਿੰਦੇ ਆ, ਰਾਈਟ, ਦੇਖਣ ਡੋਟ ਕੋਮ ਲੱਗਦੀ ਹੁੰਦੀ ਆ ਸਿਰਫ ਇੱਕ ਅੱਖਰ ਦਾ, ਜਾਂ ਦੇਖਣ ਨੂੰ ਅਸਲੀ ਲੱਗਦੀ ਹੈਗੀ ਆ ਪਰ ਫੇਕ ਹੁੰਦੀ ਆ, ਇੱਕ ਲੈਟਰ ਦਾ ਫਰਕ ਪੈ ਗਿਆ, ਇੱਕ ਕੌਮ ਦਾ ਕੌਮਾ ਪਾਤਾ, ਸੈਮੀ ਕੋਲਨ ਪਾਤਾ, ਕੁਛ ਮਾੜੀ ਚੀਜ਼ ਜਿਹੜੀ ਕਿ ਆਮ ਨਹੀਂ ਪਿੱਕ ਕਰਦਾ ਹੁੰਦਾ, ਉਸ ਨਾਲ ਉਹ ਫਰਾਡ ਹੋ ਜਾਂਦੇ। ਦੂਜੀ ਥਾਂ ਚੱਲਦੀ ਆ, ਐਡ ਜਾਣਾ ਹੁੰਦਾ ਕਿਸੇ ਈਮੇਲ ਤੁਹਾਨੂੰ ਚਲੇ ਕਿਸੇ ਹੋਰ ਬੰਦੇ ਨੂੰ ਜਾਂਦੀ ਹੈ, ਜਿਹੜੇ ਕਿ ਮਗਰੋਂ ਉਹ ਤੁਹਾਡੀ ਜਿਹੜੀ ਪਰਸਨਲ ਇਨਫੋਰਮੇਸ਼ਨ ਆ ਉਹਦੇ ਨਾਲ ਆਈ ਡੀ ਕ੍ਰੀਏਟ ਕਰ ਲੈਂਦੇ ਨੇ, ਰਾਈਟ, ਪਾਸਪੋਰਟ ਕ੍ਰੀਏਟ ਕਰ ਲੈਂਦੇ ਆ, ਤੁਹਾਡਾ ਜਿਹੜਾ ਹੁੰਦਾ ਸਾਰਾ ਰੈਕਰਡ, ਫਾਈਨੈਂਸ਼ੀਅਲ ਰੈਕਰਡ ਆ, ਕ੍ਰੈਡਿਟ ਰੈਕਰਡ ਆ, ਉਹ ਸਾਰਾ ਖਰਾਬ ਹੋ ਜਾਂਦਾ। ਸੋ ਮੁੱਖ ਦੀ ਗੱਲ ਇਹ ਹੈ ਕਿ ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਪਹਿਲਾਂ ਵੈਰੀਫਾਈ ਕਰੋ ਕਿ ਇਹ ਜੋ ਤੁਹਾਨੂੰ ਨੌਕਰੀ ਦਾ ਝਾਂਸਾ ਦੇ ਰਹੇ ਨੇ ਕੀ ਅਸਲੀ ਹੈ ਜਾਂ ਨਕਲੀ ਹੈ, ਉਹ ਤੁਸੀਂ ਵੱਖੋ ਵੱਖ ਜੋ ਤੁਹਾਡੇ ਸੋਰਸਿਸ ਨੇ ਉਸ ਤੋਂ ਵੈਰੀਫਾਈ ਕਰ ਸਕਦੇ, ਵੈਰੀਫਾਈ ਕਰਨ ਕਾਜੇ, ਕਿਉਂਕਿ ਇਹ ਬਹੁਤ ਈਜ਼ੀ ਆ, ਇੰਟਰਨੈਟ ਦੇ ਕਿਸੇ ਨੂੰ
ਗਲਤ ਪਰਮਿਸ਼ਨ ਲੈ ਲੈਣੀ ਫਿਰ ਕਹਿੰਦੇ ਸਾਰੇ ਅਸੀਂ ਕਲਿੱਕ ਕਰਦੇ ਹੁਣ ਐਪ ਹੀ ਦਿੰਦੇ ਆ ਰੈਡੀ ਉਹ ਦੇਖਣ ਈਲ ਰੀਅਲ ਐਪ ਲੱਗਦਾ ਹੁੰਦਾ ਤੁਸੀਂ ਕਲਿੱਕ ਕਰਦੇ ਹੋ ਉਹ ਤੁਹਾਡਾ ਵਾਇਰਸ ਆ ਜਾਂਦਾ ਸਕੈਮ ਕਹਿੰਦੇ ਰਾਈਟ ਤੁਹਾਡੇ ਜਿਹੜੇ ਸਾਰੇ ਫਾਈਲ ਇਨਕ੍ਰਿਪਟ ਕਰ ਜਾਂਦੀਆਂ ਨੇ ਕ੍ਰਿਪਟ ਉਹਨਾਂ ਨੂੰ ਠੀਕ ਕਰਨ ਲਈ ਉਹ ਕਹਿੰਦੇ ਸਾਨੂੰ ਪੈਸੇ ਦਿਓ ਇਹ ਫਰਾਡ ਨੇ ਸੋ ਜਿਹੜੀ ਵੀ ਤੁਹਾਨੂੰ ਚੀਜ਼ ਨਹੀਂ ਹੈਗੀ ਵੈਰੀਫਾਈ ਨਹੀਂ ਹੋ ਸਕਦੀ ਵੀ ਕਿਹਦਾ ਆਇਆ ਮੇਲ ਆ ਫੋਨ ਨੰਬਰ ਕਿਹਦਾ ਈਮੇਲ ਕਿਹਦੀ ਆਈ ਆ ਉਹਨੂੰ ਵੈਰੀਫਾਈ ਨਾ ਖੋਲੋ ਜਸਟ ਲੀਵ ਇਟ ਅਲੋਨ ਡਿਲੀਟ ਕਰ ਦਿਓ ਹਾਂਜੀ ਸੋ ਆਪਣੇ ਆਪ ਨੂੰ ਵੇਰ ਹੋਣਾ ਚਾਹੀਦਾ ਵੀ ਵਾਕਿਆ ਜਿਹੜਾ ਹੈਗੀ ਚੀਜ਼ ਮੈਂ ਕਰ ਰਿਹਾ ਠੀਕ ਹੈ ਸੋ ਰਿਸਪੋਂਸੀਬਿਲਟੀ ਆਪ ਜਿਹੜਾ ਹੁਣ ਫਰਾਡ ਕਰਦੇ ਨੇ ਅਤੇ ਸਿਰਫ ਕਿਸ ਤਰ੍ਹਾਂ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਇਸ ਸੰਬੰਧ ਵਿੱਚ ਫਰਾਡ ਪੁਲਿਸ ਜਿੰਨਾ ਵੀ ਬਹੁਤ ਕੁਛ ਹੋ ਰਿਹਾ ਰਾਈਟ ਤੁਸੀਂ ਇੱਕ ਦੇਖ ਇਹ ਤਾਂ ਇੱਕ ਆਪਣੀ ਸਟੋਰੀ ਆਈ ਹੈ ਹੁਣ ਹੋਰ ਫਰਾਡ ਹੋ ਰਿਹਾ ਜਿਹਦੇ ਵਿੱਚ ਆਪਾਂ ਕੋਈ ਬੈਂਕਾਂ ਦੇ ਕਰਦੇ ਹਾਂ ਉਹਦੇ ਵਿੱਚ ਪੈਸੇ ਦੇ ਤੁਹਾਡੇ ਫੋਨ ਨੰਬਰਸ ਕਰ ਆਪਣੇ ਅਕਾਊਂਟ ਕਲੀਨ ਹੋ ਜਾਂਦੇ ਆ ਕਿਉਂਕਿ ਤੁਸੀਂ ਸੈੱਲ ਨੰਬਰ ਲੈ ਲਿਆ ਰੈਵਨਿਊ ਡਿਪਾਰਟਮੈਂਟ ਤੋਂ ਫੋਨ ਆਉਂਦੇ ਨੇ ਫੋਨ ਆਉਂਦੇ ਆ ਸੋ ਇੰਪਲਾਇਮੈਂਟ ਦੇ ਨੇ ਇਮੀਗ੍ਰੇਸ਼ਨ ਦੇ ਫਰਾਡ ਨੇ ਐਜੂਕੇਸ਼ਨ ਦੇ ਫਰਾਡ ਨੇ ਸੋ ਕਿੰਨੇ ਦੇਰ ਇਜ਼ ਫਰਾਡ ਕਿਸ ਦੀ ਜੋਬ ਲੈ ਲਓ ਉਹਦੇ ਵਿੱਚ ਫਰਾਡ ਹੋ ਸਕਦਾ ਕਿਉਂਕਿ ਵੈਰੀਫਾਈ ਜਿਹੜੀ ਚੀਜ਼ ਹੈ ਸਭ ਕੁਛ ਵੈਰੀਫਾਈ ਕਰਨਾ ਜੇ ਤੁਸੀਂ ਵੀ ਹੁਣ ਕਿਸੇ ਨੂੰ ਹਾਇਰ ਕਰਦੇ ਹੋ ਤੁਹਾਨੂੰ ਵੀ ਵੈਰੀਫਾਈ ਕਰਨਾ ਚਾਹੀਦਾ ਵੀ ਮੈਂ ਜਿਹੜਾ ਇਹਦੀ ਕ੍ਰੈਡੈਂਸ਼ੀਅਲਸ ਨੇ ਉਹ ਰੀਅਲ ਨੇ ਕਿ ਮੈਨੂੰ ਐਵੇਂ ਬਣਾ ਕੇ ਦਿੱਤੇ ਹੋਏ ਆ ਸੋ ਦੋਨੇ ਪਾਸੇ ਚੱਲਦਾ ਰਾਈਟ ਇਹ ਵੀ ਹੈਗੇ ਜਿਹੜੇ ਇੰਪਲਾਈਜ਼ ਵੀ ਹੋਣਗੇ ਕਈ ਕਈ ਜਿਹੜੇ ਕਨੈਕਸ਼ਨ ਫਾਲਸ ਕਨੈਕਸ਼ਨ ਪ੍ਰਜੈਂਟ ਕਰ ਦਿੰਦੇ ਆ ਰਾਈਟ ਉਹਨੂੰ ਵੀ ਜਿਹੜੇ ਕੋਈ ਕੰਪਨੀ ਹਾਇਰ ਕਰਦੇ ਉਹਨੂੰ ਵੈਰੀਫਾਈ ਕਰਨਾ ਚਾਹੀਦਾ ਕਿ ਵੀ ਰੀਅਲ ਨੇ ਜੀ ਰਾਈਟ ਕਿਉਂਕਿ ਅੱਜ ਕੱਲ੍ਹ ਕੰਪਿਊਟਰ ਟੈਕਨੋਲੋਜੀ ਇੰਨੀ ਵੱਧ ਗਈ ਆ ਇੰਟਰਨੈਟ ਇੰਨਾ ਹੋ ਗਿਆ ਕਿ ਤੁਸੀਂ ਜਿਹੜੀ ਤੁਹਾਨੂੰ ਚੀਜ਼ ਦੇਖਦੇ ਦੇਖਣ ਨੂੰ ਰੀਅਲ ਲੱਗਦੀ ਆ ਪਰ ਹੁੰਦੀ ਨਹੀਂ ਮੰਨ ਲਓ ਮੈਨੂੰ ਪਤਾ ਲੱਗਿਆ ਫਰਾਡ ਹੈ ਠੀਕ ਹੈ ਮੈਂ ਤਾਂ ਬਚਾਅ ਹੋ ਗਿਆ ਲੇਕਿਨ ਮੇਰਾ ਹੋਰ ਕੀ ਫਰਜ਼ ਹੈ ਕਿ ਮੈਨੂੰ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਇਮੀਡੀਏਟਲੀ ਤਾਂ ਕਿ ਹੋਰ ਕੋਈ ਬੰਦੇ ਝਾਂਸੇ 'ਚ ਨਾ ਆ ਜਾਣ ਹਾਂਜੀ ਬਿਲਕੁਲ ਕਰਨਾ ਚਾਹੀਦਾ ਉਹਦੇ ਤੁਸੀਂ ਇੰਟਰਨੈਟ 'ਤੇ ਵੀ ਪਾ ਸਕਦੇ ਹੋ ਜੇ ਇੰਟਰਨੈਟ 'ਤੇ ਫਰਾਡ ਹੁੰਦਾ ਇੰਟਰਨੈਟ 'ਤੇ ਤੁਸੀਂ ਪੋਸਟ ਕਰ ਸਕਦੇ ਹੋ ਆਪਣੇ ਫਰੈਂਡਸ ਨੂੰ ਦੱਸ ਦੱਸੋ ਜਿਹਦੇ ਕਿ ਈਮੇਲ ਜਾਂਦੀਆਂ ਨੇ ਜਾਂ ਟੈਕਸਟ ਮੈਸੇਜ ਇੰਸਟਾਗ੍ਰਾਮ ਕਿਹੜੀ ਵੀ ਹੈਗੀ ਆ ਸਾਰਿਆਂ ਜੋ ਵੀ ਤੁਹਾਡਾ ਮੀਡੀਅਮ ਹੈਗਾ ਆਪਾਂ ਬੇਸ ਗੱਲ ਕਰਨੀ ਇਹ ਵੀ ਯੂਜ਼ ਕਰਨਾ ਚਾਹੀਦਾ ਰਾਈਟ ਟੀ ਵੀ ਮੀਡੀਆ ਰੇਡੀਓ ਜਿੰਨਾ ਵੀ ਕਿਸੇ ਨੂੰ ਦੱਸ ਸਕਦੇ ਹੋ ਵੀ ਆਪਾਂ ਆਹ ਫਰਾਡ ਚੱਲ ਸਕੈਮ ਚੱਲ ਰਹੇ ਆਹ ਫਰਾਡ ਕਾਰਡ ਚੱਲਦੇ ਆ ਇਹਨਾਂ ਤੋਂ ਬਚਾਅ ਕਿਵੇਂ ਹੋ ਸਕਦਾ ਉਹ ਕੁਝ ਜ਼ਰੂਰ ਕਰਨਾ ਚਾਹੀਦਾ ਜੀ ਕੀ ਇਸੇ ਬਾਰੇ ਲੋਕਾਂ ਨੂੰ ਇਸ ਵੇਲੇ ਮੈਸੇਜ ਦੇਣਾ ਚਾਹੋਗੇ ਫਰਾਡ ਤੋਂ ਬਚਣ ਦੇ ਲਈ ਫਰਾਡ ਮੈਂ ਇਹੀ ਕਹਿੰਦਾ ਕਿ ਜਿਹੜਾ ਵੀ ਕੁਛ ਪਹਿਲੀ ਗੱਲ ਤਾਂ ਹੈ ਜਿਹੜੀ ਮੋਸਟਲੀ ਹੁੰਦੀ ਹੈ ਜਿਹੜੀ ਪਰਸਨਲ ਇਨਫੋਰਮੇਸ਼ਨ ਆ ਤੁਹਾਡਾ ਸੋਸ਼ਲ ਇੰਸ਼ੋਰੈਂਸ ਨੰਬਰ ਡੇਟ ਆਫ ਬਰਥ ਐਡਰੈਸ ਆਪਣੇ ਬੈਂਕਿੰਗ ਇਨਫੋਰਮੇਸ਼ਨ ਕੋਈ ਵੀ ਆ ਅਕਾਊਂਟ ਨੰਬਰ ਪਿੰਨ ਨੰਬਰ ਕਿਸੇ ਨੂੰ ਨਾ ਦਿਓ ਕਦੇ ਵੀ ਸੈੱਲ ਨੰਬਰ ਸਿਰਫ ਕਈ ਮੰਗ ਲੈਂਦੇ ਐਪਲੀਕੇਸ਼ਨ ਆਮ ਦੇ ਦਿੰਦੇ ਉੱਥੇ ਹੁੰਦੀਆਂ ਨੇ ਰਾਈਟ ਸੈੱਲ ਨੰਬਰ ਉੱਥੇ ਚਾਹੀਦਾ ਕਿ ਸਿਰਫ ਬੈਂਕ ਵਾਲਿਆਂ ਨੂੰ ਜਦੋਂ ਕਿ ਤੁਹਾਡਾ ਟੈਕਸ ਪਰਪਸ ਦਾ ਜਾਂ ਤੁਹਾਡੀ ਇੰਪਲਾਈ ਚਾਹੀਦਾ ਜੇ ਕੋਈ ਤੀਸਰਾ ਬੰਦਾ ਮੰਗਦਾ ਉਹਨੂੰ ਦਿਓ ਨਾ ਖਾਸ ਕਰਕੇ ਇੰਟਰਨੈਟ 'ਤੇ ਓਵਰ ਦਾ ਫੋਨ ਜੇ ਤੁਸੀਂ ਬੈਂਕ ਜਾਓਗੇ ਪਰਸਨਲੀ ਜਾ ਕੇ ਕਰੋ ਉੱਥੋਂ ਮੰਗਣ 'ਤੇ ਦਿਓ ਜੇ ਹੁਣ ਮੈਨੂੰ ਈਮੇਲ ਆ ਜੀ ਵੀ ਬੈਂਕ ਵਾਲੇ ਮੰਗਦੇ ਆ ਜੀ ਤੁਹਾਡੀ ਜੀ ਨੋ ਕਿ ਬੈਂਕ ਵਾਲਾਂ ਦੀ ਉਹ ਕਿਸੇ ਹੋਰ ਦੀ ਵੀ ਹੋ ਸਕਦੀ ਜੀ ਸੋ ਮੁੱਖ ਦੀ ਗੱਲ ਇਹ ਹੈ ਕਿ ਆਪਣੀ ਪਰਸਨਲ ਇਨਫੋਰਮੇਸ਼ਨ ਕਿਸੇ ਕੋਲ ਨਾ ਦਿਓ ਅਤੇ ਅਗਰ ਤੁਸੀਂ ਕੋਈ ਵੀ ਚੀਜ਼ ਬਾਈ ਕਰਨੀ ਹੈ ਜਾਂ ਕੋਈ ਨੌਕਰੀ ਦਾ ਚਾਂਸ ਦਿੰਦਾ ਵੈਰੀਫਾਈ ਕਰੋ ਜੀ ਕਰਨਾ ਚਾਹੀਦਾ ਜੀ ਅਤੇ ਹੁਣ ਆਪਾਂ ਅਗਲੇ ਟੋਪਿਕ 'ਤੇ ਆਉਂਦੇ ਹਾਂ ਕੱਲ੍ਹ ਤੋਂ ਸਨੋ ਸ਼ੁਰੂ ਹੋ ਰਹੀ ਹੈ ਅਲਬਰਟਾ ਦੇ ਵਿੱਚ ਕੱਲ੍ਹ ਨੂੰ ਜ਼ਬਰਦਸਤ ਸਨੋ ਪੈਣ ਵਾਲੀ ਹੈ ਅਲਬਰਟਾ ਦੇ ਕੁਛ ਹਿੱਸਿਆਂ 'ਚ ਐਡਮਿੰਟਨ 'ਚ ਵੀ ਪਏਗੀ ਅਤੇ ਇਸ ਸਨੋ ਨੂੰ ਮੁੱਖ ਰੱਖ ਕੇ ਵਿੰਟਰ ਡਰਾਈਵਿੰਗ ਦੇ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ ਲੋਕਾਂ ਨੂੰ ਵਿੰਟਰ ਡਰਾਈਵ ਦੇ ਵਿੱਚ ਇਹ ਕਹਿੰਦੇ ਹੈਗੇ ਜੀ ਪਹਿਲੀ ਗੱਲ ਤਾਂ ਕਿ ਥੋੜ੍ਹਾ ਐਕਸਟਰਾ ਟਾਈਮ ਹੈ ਜਿਹੜਾ ਵੀ ਆਪਣਾ ਪਲਾਨ ਕੋਈ ਵੀ ਟ੍ਰਿਪ ਪਲਾਨ ਕਰਦੇ ਹਾਂ ਜੇ 10 ਮਿੰਟ ਦਾ ਪਲਾਨ ਆਪਾਂ ਯੂਜ਼ ਟੂ ਹੈ ਸਮਰ ਲਈ ਫਸਟ ਸਨੋਫਾਲ ਚਾਹੇ ਸਾਨੂੰ ਇੱਥੇ ਸਾਲ ਹੋ ਗਏ ਰਹਿੰਦੇ ਚਾਹੇ 20 ਸਾਲ 40 ਸਾਲ ਹੋ ਗਏ ਜੇ ਫਸਟ ਸਨੋਫਾਲ ਜਿਹੜੀ ਡਰਾਈਵਿੰਗ ਹੈ ਸਾਰਿਆਂ ਲਈ ਔਖੀ ਕਰਦੀ ਆ ਕਿਉਂਕਿ ਉਹ ਯੂਜ਼ ਨਹੀਂ ਹੁੰਦੇ ਸਮਰ ਡਰਾਈਵਿੰਗ ਯੂਜ਼ ਹੁੰਦੇ ਆ ਕਈ ਕਿਨਸ਼ ਹੁੰਦੇ ਉਹਦੇ ਵਿੱਚ ਰੋਡ ਨਹੀਂ ਠੀਕ ਹੈਗੇ ਗੱਡੀਆਂ ਨਹੀਂ ਠੀਕ ਹੈਗੀਆਂ ਸਾਡੇ ਟਾਈਮ ਦੇ ਕਹਿੰਦਾ ਕਿ ਸਮਰ ਵਿੱਚ ਕਿਹੜਾ ਟ੍ਰੈਫਿਕ ਹੋਣਾ ਆਪਾਂ ਕਹਿੰਦੇ ਹਾਂ ਘੱਟ ਫਾਇਦਾ ਬਹੁਤ ਇਸ ਕਰਕੇ ਸਾਨੂੰ ਹੁੰਦਾ ਵੀ ਅਸੀਂ 10 ਮਿੰਟ ਪਹੁੰਚ ਜਾਣਾ ਉੱਥੇ ਪਰ ਜਦੋਂ ਸਨੋਅ ਪੈ ਜਾਂਦੀ ਹੈ ਸਾਰੇ ਟ੍ਰੈਫਿਕ ਹੋ ਜਾਂਦੇ ਆ ਹੌਲੀ ਤੁਰਦੀਆਂ ਗੱਡੀਆਂ ਹੌਲੀ ਰੋਕਦੀਆਂ ਸਾਰੀ ਸਪੀਡ ਘੱਟ ਜਾਂਦੀ ਹੈ ਉਹਦੇ ਨਾਲ ਐਕਸਟਰਾ ਪਲਾਨ ਕਰੋ ਸੋ ਜਿਹੜਾ 10 ਮਿੰਟ ਦਾ ਤੁਹਾਡਾ ਹੈਗਾ ਟਰੈਵਲ ਟਾਈਮ ਉਹਨੂੰ 15 ਮਿੰਟ ਲਗਾ ਸਕਦੇ ਹਾਂ ਜੀ ਅਰਲੀ ਸਟਾਰਟ ਕਰੋ ਫਿਰ ਐਕਸਟਰਾ ਟਾਈਮ ਸਲੋ ਡਾਊਨ ਕਰੋ ਜਿਹੜੀ ਕਿ ਸਪੀਡ ਪੋਸਟ ਹੁੰਦੀ ਆ ਮੋਸਟਲੀ ਰੋਡਾਂ 'ਤੇ ਉਹ ਹੈਗੀ ਆ ਆਈਡੀਅਲ ਕੰਡੀਸ਼ਨ ਇਹਦੇ ਵਿੱਚ ਕਿ ਰੋਡਸ ਡਰਾਈ ਨੇ ਧੁੱਪ ਨਹੀਂ ਪੈ ਰੱਖਾਂ ਸਭ ਕੁਝ ਦਿਸ ਰਿਹਾ ਵਾ ਕੋਈ ਤੁਹਾਨੂੰ ਬੰਦਾ ਠੀਕ ਆ ਬੰਦਾ ਕੋਈ ਇੰਪੇਅਰਮੈਂਟ ਨਹੀਂ ਹੈਗੀ ਰਾਈਟ ਅਤੇ ਜਿਹੜੀ ਵਹੀਕਲ ਅਸੀਂ ਡਰਾਈਵ ਕਰਦੇ ਹਾਂ ਉਹ ਵੀ ਮਕੈਨੀਕਲੀ ਫਿੱਟ ਹੋਣੀ ਚਾਹੀਦੀ ਹੈ ਕੰਡੀਸ਼ਨ ਰਾਈਟ ਅਤੇ ਹੋਰ ਗੱਡੀ 'ਚ ਗੱਡੀ ਦਾ ਗੈਸ ਤਕਰੀਬ ਨੂੰ ਫੁੱਲ ਕਰਾ ਕੇ ਰੱਖੋ ਹਾਂਜੀ ਸਰਦੀ ਤੋਂ ਬਚਣ ਲਈ ਕਿਉਂਕਿ ਕੋਈ ਪਤਾ ਨਹੀਂ ਹੈ ਕਦੋਂ ਵੀ ਕਿਤੇ ਬ੍ਰੇਕਡਾਊਨ ਹੋ ਸਕਦੀ ਆ ਰਾਈਟ ਆਈਡੀਅਲੀ ਇਹਦੇ ਹੁੰਦਾ ਕਿ ਰੈਕਮੈਂਡ ਤਾਂ ਇਹ ਕਰਦੇ ਸਾਰੇ ਜੇ ਅਲਬਰਟਾ ਮੋਟਰ ਐਸੋਸੀਏਸ਼ਨ ਨੂੰ ਫੋਨ ਕਰੋ ਜਾਂ ਹੋਰ ਰਹਿ ਗਿਆ ਕਿ ਬਈ ਜੇ ਵਿੰਟਰ ਦੇ ਵਿੱਚ ਹਾਫ ਟੈਂਕ ਤੋਂ ਜਦੋਂ ਹੋ ਜਾਂਦਾ ਉਦੋਂ ਫੁੱਲ ਕਰ ਲਓ ਜੀ
ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਬਹੁਤ ਕੰਮ ਦੀਆਂ ਗੱਲਾਂ ਦੱਸਿਆ ਮਿਹਰਬਾਨੀ ਸਰ ਥੈਂਕ ਯੂ ਸੋ ਦੋਸਤੋ ਇਹ ਸੀ ਪਹਿਲੇ ਸੈਗਮੈਂਟ ਦਾ ਵਿਚਾਰ ਚਰਚਾ ਇਸ ਨਾਲ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਅਤੇ ਵਾਪਸ ਆਉਂਦੇ ਹਾਂ ਅਗਲੇ ਸੈਗਮੈਂਟ 'ਚ ਕੁਛ ਹੋਰ ਟੌਪਿਕਸ ਦੇ ਨਾਲ